जी टी वी देखने वालों का मैं बहुत बहुत स्वागत करती हूँ थैंक यू सो वेरी मच फॉर वॉचिंग जी टी वी आपके वेल्यूबल टाइम के लिए मैं बहुत ही थैंक्स करती हूँ आपका आपकी ब्लेसिंग्स आपके प्यार एंड आपके सपोर्ट के लिए थैंक यू सो वेरी मच और ऐसे ही आप जी टी वी देखते रहें आज का जो नेक्स्ट क्वेश्चन है वो है बलजीत सिंह उन्होंने मुझसे पूछा है कुडाई गेट एग्रीकल्चर वर्क वीज़ा वॉट इज़ द प्रोसीजर एंड रिक्वायरमेंट फॉर दिस मैम थैंक यू सो वेरी मच फॉर आस्किंग दिस क्वेश्चन ਉਹ ਦਿ ਥਿੰਗ ਇਜ਼ ਆ ਵਾਂਟ ਟੂ ਸੇ ਥੈਟ ਕਿ ਐਗਰੀਕਲਚਰ ਵਰਕ ਵੀਜ਼ਾ ਫॉर ਕੈਨੇਡਾ ਉਹਦੇ ਲਈ ਜਿਹੜੇ ਰਿਕੁਆਇਰਮੈਂਟਸ ਹੋਣਗੇ ਰਿਕੁਆਇਰਮੈਂਟ ਵੈਸੇ ਮੈਂ ਤੁਹਾਨੂੰ ਤੁਹਾਡੇ ਕਮੈਂਟ ਦੇ ਉੱਪਰ ਜਵਾਬ ਦੇ ਦਿੱਤਾ ਹੈ ਤਾਂ ਅਗਰ ਤੁਸੀਂ ਐਜ਼ ਅ ਫਾਰਮ ਵਰਕਰ ਵੀਜ਼ਾ ਅਪਲਾਈ ਕਰਨਾ ਹੈ ਜਾਂ ਐਜ਼ ਅ ਫਾਰਮ ਸਕਿੱਲ ਵਰਕਰ ਵੀਜ਼ਾ ਅਪਲਾਈ ਕਰਨਾ ਹੈ ਤਾਂ ਉਹਦੇ ਲਈ ਇੱਕ ਡਿਮਾਂਡ ਹੋਣੀ ਜ਼ਰੂਰੀ ਹੈ ਕਿ ਜੋ ਫਾਰਮਰਸ ਨੇ ਕੈਨੇਡਾ ਦੇ ਵਿੱਚ ਜਾਂ ਫਿਰ ਜੋ ਫਾਰਮ ਕੰਟਰੈਕਟਰ ਨੇ ਜੋ ਕਿ ਕੰਟਰੈਕਟ ਲੈਂਦੇ ਨੇ ਫਾਰਮਿੰਗ ਦਾ ਕੁਝ ਲੋਕ ਖੁਦ ਹੀ ਪਿਕਿੰਗ ਕਰਕੇ ਉਹਨਾਂ ਨੂੰ ਪੈਕਿੰਗ ਕਰਵਾਉਣ ਦਾ ਕੰਟਰੈਕਟ ਵੀ ਹੁੰਦਾ ਹੈ ਤਾਂ ਅਗਰ ਇਸ ਟਾਈਪ ਦਾ ਕੋਈ ਕੰਟਰੈਕਟਰ ਜਾਂ ਕੋਈ ਫਾਰਮਰ ਜਿਹਨੂੰ ਕਿ ਡਿਮਾਂਡ ਹੋਵੇ ਕਿ ਇਸ ਕੰਮ ਦੀ ਇੱਥੇ ਡਿਮਾਂਡ ਹੈ ਮੇਰੇ ਕੋਲ ਐਂਡ ਡਿਮਾਂਡ ਹੋਣ ਦੇ ਬਾਵਜੂਦ ਉਥੇ ਕੈਨੇਡਾ ਦੇ ਵਿੱਚ ਉਹਨੂੰ ਵਰਕਰ ਨਾ ਮਿਲਣ ਉਸ ਪਾਰਟਿਕੂਲਰ ਕੰਮ ਲਈ ਉਹ ਗਵਰਨਮੈਂਟ ਦੇ ਅੱਗੇ ਇੱਕ ਰਿਕੁਐਸਟ ਲੈਟਰ ਦੇ ਸਕਦਾ ਹੈ ਕਿ ਮੈਨੂੰ ਇੰਨੇ ਫਾਰਮ ਵਰਕਰ ਦੀ ਲੋੜ ਹੈ ਐਂਡ ਇਸ ਕੰਮ ਲਈ ਮੈਨੂੰ ਜੋ ਬੰਦੇ ਚਾਹੀਦੇ ਨੇ ਉਹ ਵੇਜ ਤੇ ਕੈਨੇਡਾ 'ਚ ਮੈਨੂੰ ਅਵੇਲੇਬਲ ਨਹੀਂ ਉਹਦਾ ਇੱਕ ਪ੍ਰੋਸੈਸ ਹੁੰਦਾ ਹੈ ਉਹ ਪ੍ਰੋਸੈਸ ਹੋਣ ਦੇ ਬਾਅਦ ਗਵਰਨਮੈਂਟ ਉਹਨਾਂ ਨੂੰ ਅਪਰੂਵਲ ਦਿੰਦੀ ਹੈ ਕਿ ਤੁਸੀਂ ਜਿਹੜਾ ਹੈ ਆਪਣੇ ਹਿਸਾਬ ਨਾਲ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਤੁਸੀਂ ਜਿਨ੍ਹਾਂ ਨੂੰ ਮੰਗਾਣਾ ਚਾਹੁੰਦੇ ਹੋ ਫੋਰਨ ਵਰਕਰ ਨੂੰ ਤੁਸੀਂ ਮੰਗਾ ਸਕਦੇ ਹੋ ਕਿਉਂਕਿ ਫੋਰਨ ਵਰਕਰਸ ਦਾ ਕੈਨੇਡੀਅਨ ਸਿਟੀਜ਼ਨਸ ਦੇ ਕੰਮ ਦੇ ਕੋਈ ਨੇਗੇਟਿਵ ਇੰਪੈਕਟ ਨਹੀਂ ਹੋਣਾ ਚਾਹੀਦਾ ਉਹਦੇ ਲਈ ਇੱਕ ਅਸੈਸਮੈਂਟ ਹੁੰਦੀ ਹੈ ਅਪਰੂਵਲ ਹੁੰਦੀ ਹੈ ਤਾਂ ਅਗਰ ਉਹ ਮਿਲ ਜਾਂਦੀ ਉਹਨਾਂ ਨੂੰ ਤਾਂ ਉਹ ਜਿੰਨੂ ਮਰਜ਼ੀ ਮੰਗਵਾ ਸਕਦੇ ਨੇ ਬਕਾਇਦਾ ਡਿਮਾਂਡ ਹੋਏ ਪਲੱਸ ਪ੍ਰੋਸੈਸ ਪਾਸ ਹੋਏ ਤਾਂ ਤੁਹਾਨੂੰ ਕੋਈ ਵੀ ਬਲਾ ਸਕਦਾ ਹੈ ਪਰ ਇੱਕ ਚੀਜ਼ ਹੈਗੀ ਹੈ ਕਿ ਜੋ ਫਾਰਮ ਸਕਿੱਲ ਵਰਕਰ ਵੀਜ਼ਾ ਹੈ ਉਹ ਪੀਆਰ ਚ ਕਨਵਰਟ ਨਹੀਂ ਹੁੰਦਾ ਕਿਉਂਕਿ ਲੋਅਰ ਸਕਿੱਲ ਦੇ ਵਿੱਚ ਉਹ ਆਂਦਾ ਹੈ ਤਾਂ ਤੁਹਾਨੂੰ ਕੰਟੀਨਿਊ ਜਾਂ ਤਾਂ ਉਹ ਕੰਮ ਕਰਨਾ ਪਏਗਾ ਐਕਸਟੈਂਡ ਕਰਵਾ ਕੇ ਜਾਂ ਫਿਰ ਤੁਸੀਂ ਬੈਕਗ੍ਰਾਉਂਡ ਕੁਆਲੀਫਿਕੇਸ਼ਨ ਜਿਹੜੀ ਤੁਹਾਡੀ ਹੈਗੀ ਹੈ ਜਿੱਦਾ ਆਇਰ ਸਪੋਰਟ ਜ਼ਰੂਰੀ ਹੈ ਐਂਡ ਜੋ ਵੀ ਤੁਹਾਡਾ ਕੰਮ ਹੈ ਤੁਸੀਂ ਅਗਰ ਫਾਰਮਵਰਕ ਵੀਜ਼ੇ ਤੇ ਜਾਂ ਸਕਿੱਲ ਵਰਕਰ ਵੀਜ਼ੇ ਤੇ ਇੱਥੇ ਆਂਦੇ ਹੋ ਤਾਂ ਤੁਸੀਂ ਆਪਣੀ ਕੈਪੇਬਿਲਿਟੀ ਦੇ ਹਿਸਾਬ ਨਾਲ ਵੀ ਤੁਸੀਂ ਸਕਿੱਪ ਕਰ ਸਕਦੇ ਹੋ ਅ ਤੁਸੀਂ ਜਿਹੜਾ ਹੈ ਉਹਨੂੰ ਚੇਂਜ ਕਰ ਸਕਦੇ ਹੋ ਆਪਣੀ ਵੀਜ਼ਾ ਕੈਟਾਗਰੀ ਨੂੰ ਫਾਰਮ ਸਕਿੱਲ ਵਰਕਰ ਵੀਜ਼ੇ ਤੋਂ ਕਿਸੇ ਹੋਰ ਕੈਟਾਗਰੀ ਦੇ ਵਿੱਚ ਉਹ ਵੀ ਇੱਕ ਲੈਂਟੀ ਪ੍ਰੋਸੈਸ ਹੈ ਤੁਸੀਂ ਕੈਨੇਡਾ ਆਨ ਦੇ ਬਾਅਦ ਸਮਝ ਸਕਦੇ ਹੋ ਸਾਰੇ ਪ੍ਰੋਸੈਸ ਐਂਡ ਫਾਰਮਵਰਕ ਵੀਜ਼ੇ ਤੇ ਅਗਰ ਤੁਸੀਂ ਆ ਰਹੇ ਹੋ ਤਾਂ 2 ਸਾਲ ਦਾ 3 ਸਾਲ ਦਾ 4 ਸਾਲ ਦਾ ਜਿੰਨੇ ਸਾਲ ਵੀ ਤੁਸੀਂ ਕਰਨਾ ਚਾਹੁੰਦੇ ਹੋ ਕਰਕੇ ਤੁਸੀਂ ਆਪਣੇ ਵੀਜ਼ੇ ਨੂੰ ਤੁਸੀਂ ਕੈਟਾਗਰੀ ਚੇਂਜ ਕਰਵਾਓਗੇ ਤਾਂ ਹੀ ਤੁਹਾਡੀ ਪੀਆਰ ਹੋਏਗੀ ਆਦਰਵਾਇਜ਼ ਐਦਾਂ ਹੀ ਤੁਹਾਨੂੰ ਉਹ ਕੰਮ ਕਰਨਾ ਪੈਗਾ ਵਿੱਚ ਪੀਆਰ ਦੀ ਫੈਸਿਲਿਟੀ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਜਿਹੜਾ ਆਨਸਰ ਹੈ ਕਾਫੀ ਹੈ ਤੁਹਾਡੇ ਲਈ ਤਾਂ ਥੈਂਕ ਯੂ ਸੋ ਵੈਰੀ ਮੱਚ ਫॉर ਵਾਚਿੰਗ ਜੀਟੀਵੀ ਹੈਵ ਅ ਗੁੱਡ ਡੇ